ਕਿਸ ਤਰ੍ਹਾਂ ਤੁਸੀਂ ਇੱਥੇ ਕਰਤਾਰਪੁਰ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ? ਬਹੁਤ ਵਧੀਆ ਬੈਸਟ। ਤੇ ਪਾਕਿਸਤਾਨ ਤੁਸੀਂ ਇੰਜੋਏ ਕੀਤਾ ਆ ਕੇ? ਬਿਲਕੁਲ ਪਸੰਦ ਆਏ ਨੇ ਲੋਕ ਤੁਹਾਨੂੰ? ਬਹੁਤ ਇੰਜੋਏ ਕੀਤਾ, ਕੋਈ ਪ੍ਰੋਬਲਮ ਨਹੀਂ। ਕਨੇਡਾ ਤੋਂ ਆਉਂਦਾ, ਅਸੀਂ ਪਰਿਵਾਰ ਲੈ ਕੇ ਆਏ ਸੀ ਪੂਰਾ, ਸਾਰਿਆਂ ਨੇ ਬਹੁਤ ਇੰਜੋਏ ਕੀਤਾ। ਅਸੀਂ ਦਰਸ਼ਨ ਮੇਲੇ ਵੀ ਕੀਤੇ ਗੁਰਦੁਆਰਾ ਸਾਹਿਬ ਵਿੱਚ, ਹੈ ਨਾ, ਅਤੇ ਜਿਹੜੇ ਸਾਨੂੰ ਇੱਥੇ ਜਿਹੜਾ ਸਾਨੂੰ ਵੈਲਕਮ ਕੀਤਾ, ਜਿਹੜੇ ਆਮ ਲੋਕ ਆਵਾਮ ਜਿਹਨੂੰ ਕਹਿੰਦੇ ਆ, ਉਹਨਾਂ ਨੇ ਸਾਨੂੰ ਇੰਨਾ ਵਾਰਮ ਵੈਲਕਮ ਕੀਤਾ ਨਾ ਕਿ ਉਹ ਅਨਬਿਆਨੇਬਲ ਆ, ਉਹਨੂੰ ਬਿਆਨ ਨਹੀਂ ਕਰ ਸਕਦਾ ਮੈਂ ਕਿ ਬਹੁਤ ਜ਼ਿਆਦਾ ਵਧੀਆ ਇੰਜੋਏ ਕੀਤਾ ਸੀ। ਅਤੇ ਜਿਹੜਾ ਵੀ ਹੁੰਦਾ ਸੀ ਨਾ, ਸਾਨੂੰ ਉਹਨਾਂ ਨੇ ਇੱਦਾਂ ਟ੍ਰੀਟ ਕੀਤਾ ਕਿ ਅਸੀਂ ਕੋਈ ਸੈਲੀਬ੍ਰਿਟੀ ਹਾਂ, ਅਸੀਂ ਕੋਈ ਕੋਈ ਖਾਸ ਬੰਦੇ ਉਹਨਾਂ ਵਾਸਤੇ। ਸਾਨੂੰ ਚੱਪੀਆਂ ਪਾਉਂਦੇ ਸੀ, ਸਾਨੂੰ ਹਸਪਤਾਲ ਆਉਣ ਤੋਂ ਬਾਅਦ ਚੱਪੀਆਂ ਪਾ ਪਾ ਕੇ ਸਾਨੂੰ ਗਲੇ ਮਿਲ ਕੇ ਸਾਡਾ ਫੋਟੋ ਵੀ ਕਰਵਾਉਂਦੇ ਸੀ। ਮਤਲਬ ਮੈਂ ਸੋਚਿਆ ਨਹੀਂ ਸੀ ਕਿ ਇੰਨਾ ਵਧੀਆ ਸਾਨੂੰ ਇੱਥੇ ਟ੍ਰੀਟਮੈਂਟ ਮਿਲੂਗੀ, ਪਰ ਬਹੁਤ ਵਧੀਆ ਲੱਗਾ ਅਤੇ ਰੱਬ ਨੇ ਚਾਹਿਆ ਅਤੇ ਬਹੁਤ ਛੇਤੀ ਆਵਾਂਗੇ। ਨਹੀਂ ਤਾਂ ਸਾਲ ਸਾਲ ਬਾਅਦ ਜਾਂ ਇੱਕ ਦੋ ਸਾਲ ਬਾਅਦ ਤਾਂ ਮੈਂ ਜ਼ਰੂਰ ਆਇਆ ਕਰੂੰਗਾ ਦਰਸ਼ਨ ਵੇਲੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।